ਅਤੇ ਪਿਛਲੀ ਇਲੈਕਸ਼ਨ ਜਿਹੜੀ ਹੈ 17 ਦੀ ਉਹਦੀ ਟਿਕਟ ਜਿਹੜੀ ਆ ਉਹਨੂੰ ਦੇਤੀ, ਜਦੋਂ ਕਿ ਇਹ ਸਿਟਿੰਗ MLA ਸੀਗੇ। ਕਦੀ ਵੀ ਕਿਸੇ ਪਾਰਟੀ ਨੇ ਸਿਟਿੰਗ MLA ਦੀ ਟਿਕਟ ਨਹੀਂ ਕੱਟੀ, ਲੇਕਿਨ ਕੇਵਲ ਇਸ ਕਰਕੇ ਕਿ ਉਹ ਆਦਮੀ ਪੈਸੇ ਵਾਲਾ ਆ, ਇਹ ਗਰੀਬ ਆਦਮੀ ਨੇ, ਇਹਨਾਂ ਕੋਲ ਪੈਸੇ ਦੀ ਆਸ ਨਹੀਂ, ਉਹਦੇ ਪੈਸਿਆਂ ਨੂੰ ਵੇਖ ਕੇ ਟਿਕਟ ਉਹਨੂੰ ਦਿੱਤੀ। ਇਹੀ ਕਾਰਨ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਡਾਊਨਫਾਲ ਆਇਆ। ਉਹ ਪਾਰਟੀ ਜਿਹਨੇ ਲਗਾਤਾਰ 10 ਸਾਲ ਰਾਜ ਕੀਤਾ ਹੋਵੇ, 5 ਵਾਰੀ ਪੰਜਾਬ ਵਿੱਚ ਰਾਜ ਕੀਤਾ ਹੋਵੇ, ਉਹ 117 ਤੋਂ 15 ਸੀਟਾਂ 'ਤੇ ਆ ਗਏ। ਇਹਨਾਂ ਗਲਤ ਪਾਲਸੀਆਂ ਦੀ ਵਜ੍ਹਾ ਕਰਕੇ ਹੀ ਇਹ ਆਪਣੇ ਸਾਰਾ ਕੁਝ ਹੋਇਆ। ਇਹ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਆ, ਇਹ ਜਬਰ ਅਤੇ ਜ਼ੁਲਮ ਦੇ ਖਿਲਾਫ ਲੜਨ ਵਾਲੇ ਯੋਧਿਆਂ ਦੀ, ਮਿਹਨਤਕਸ਼ ਲੋਕਾਂ ਦੀ, ਗਰੀਬਾਂ ਦੀ ਜਥੇਬੰਦੀ ਸੀ। ਲੇਕਿਨ ਉਹਦੇ 'ਤੇ ਅੱਜ ਕਬਜ਼ਾ ਹੋ ਗਿਆ ਸਰਮਾਏਦਾਰ ਲੋਕਾਂ ਦਾ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟ ਪੁੱਟ ਕੇ ਆਪਣੇ ਘਰ ਭਰ ਲਏ ਅਤੇ ਪੰਜਾਬ ਬਰਬਾਦ ਕਰਤਾ। ਪੰਜਾਬ ਦਾ ਕੋਈ ਹਿੱਸਾ, ਕੋਈ ਪੱਖ, ਕੋਈ ਗੱਲ ਵੇਖ ਲਈਏ, ਇਸ ਵੇਲੇ ਉੱਥੇ ਬਰਬਾਦੀ ਨਜ਼ਰ ਆਉਂਦੀ ਆ। ਪੰਜਾਬ ਦੀ ਜਵਾਨੀ ਜਿਹਨੂੰ ਅੱਜ ਮਿਲਖਾ ਸਿੰਘ ਨੂੰ ਲੋਕ ਯਾਦ ਕਰਦੇ ਆ, ਅੱਜ ਦਾਰਾ ਸਿੰਘ ਨੂੰ ਲੋਕ ਯਾਦ ਕਰਦੇ ਆ, ਅੱਜ ਧਿਆਨ ਸਿੰਘ ਨੂੰ ਲੋਕ ਯਾਦ ਕਰਦੇ ਆ, ਲੇਕਿਨ ਉਹ ਜਵਾਨੀ ਅੱਜ ਨਸ਼ਿਆਂ ਨੇ ਖਾ ਲਈ। ਔਰ ਕਿਸਾਨੀ ਦੀਆਂ ਇਹੋ ਜਿਹੀਆਂ ਮਾੜੀਆਂ ਨੀਤੀਆਂ ਬਣਾਈਆਂ ਕਿ ਹਜ਼ਾਰਾਂ ਕਿਸਾਨ ਜਿਹੜੇ ਨੇ ਉਹ ਖੁਦਕੁਸ਼ੀਆਂ ਕਰਕੇ ਜਿਹੜੇ ਆ ਹੁਣ ਤੱਕ ਵਿਚਾਰੇ ਆਪਣੀਆਂ ਜਾਨਾਂ ਗਵਾ ਗਏ ਨੇ। ਸੋ ਅਜਿਹੇ ਕਾਰਨਾਮੇ ਜਿਹੜੇ ਇਸ ਪੰਜਾਬ ਦੀ ਧਰਤੀ 'ਤੇ ਹੋਏ ਆ, ਜੋ ਅਪੱਧਰ ਕੀਤੇ ਗਏ ਪਿਛਲੇ 10 ਸਾਲਾਂ 'ਚ, ਖਾਸ ਕਰਕੇ 2015 ਤੋਂ ਬਾਅਦ, ਜਿਵੇਂ ਆਪਣੇ ਸੌਦੇ ਸਾਧ ਨੂੰ ਬਿਨ ਮੰਗੀ ਮਾਫ਼ੀ, ਕੇਵਲ ਇਸ ਕਰਕੇ ਕਿ ਉਹਨੂੰ ਮਾਫ਼ੀ ਦੇ ਕੇ ਅਸੀਂ ਵੋਟਾਂ ਲੈਣੀਆਂ ਨੇ, ਅਤੇ ਗੁਰੂ ਮਹਾਰਾਜ ਦੀ ਬੇਅਦਬੀ ਹੋਈ, ਇਸ ਕਰਕੇ ਕਾਰਵਾਈ ਉਹਨਾਂ ਦੇ ਖਿਲਾਫ਼ ਨਹੀਂ ਕੀਤੀ ਕਿ ਸਾਡੀਆਂ ਵੋਟਾਂ ਨਾ ਖਰਾਬ ਹੋਣ, ਕਿਤੇ ਸੌਦਾ ਸਾਧ ਨਾਰਾਜ਼ ਨਾ ਹੋ ਜਾਏ। ਫਿਰ ਜੇ ਲੋਕਾਂ ਨੇ ਉਸ ਗੱਲ ਦਾ ਗਿਲਾ ਮਨਾਇਆ, ਸੰਗਤ ਨੇ, ਅਤੇ ਰੋਸ ਧਰਨੇ ਦਿੱਤੇ, ਅੰਮ੍ਰਿਤਧਾਰੀ ਸਿੰਘ ਉੱਥੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਆ, ਅਤੇ ਜਿਸ ਢੰਗ ਨਾਲ ਉਹਨਾਂ ਨੇ ਜਨਰਲ ਡਾਇਰ ਵਾਂਗੂ ਉਸ ਵੇਲੇ ਗੋਲੀਆਂ ਚਲਾ ਕੇ 2 ਬੰਦੇ ਸ਼ਹੀਦ ਕਰਤੇ, ਹਜ਼ਾਰਾਂ ਜ਼ਖਮੀ ਕਰ ਦਿੱਤੇ, ਇਹ ਜਿਹੜੇ ਅਪੱਧਰ ਹੋਏ ਨੇ, ਪਾਪ ਹੋਏ ਨੇ ਪਿਛਲੇ ਸਮੇਂ 'ਚ, ਇਹਦੇ ਵਾਸਤੇ ਪਿਛਲੀ ਸਰਕਾਰ ਅਕਾਲੀ ਦਲ BJP ਦੀ ਜ਼ਿੰਮੇਵਾਰ ਆ, ਔਰ ਖਾਸ ਕਰਕੇ ਬਾਦਲ ਪਰਿਵਾਰ ਜ਼ਿੰਮੇਵਾਰ ਆ, ਜਿਨ੍ਹਾਂ ਕੋਲ ਸਾਰੀ ਸੱਤਾ ਕੇਂਦਰਿਤ ਸੀ, ਸਾਰੀ ਸੱਤਾ ਜਿਹੜੀ ਆ ਉਹਨਾਂ ਕੋਲ ਰਹੀ, ਅਤੇ ਉਹਨਾਂ ਮਨ ਮਰਜ਼ੀ ਨਾਲ ਇਹ ਜਿਹੜੇ ਗੁਨਾਹ ਨੇ ਉਹ ਕੀਤੇ।